ਪ੍ਰਭੂ ਨੂੰ ਕਹੀਏ, ਪ੍ਰਭੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਮੇਰਾ ਆਸਰਾ, ਮੇਰੀ ਓਟ, ਮੇਰਾ ਗੜ੍ਹ, ਮੇਰਾ ਚੌਪਾਨ ਤੂੰ ਆ ਖੁਦਾ। ਮੈਂ ਹਾਂ ਤੇਰੀ ਸ਼ਰਨ ਚ ਆਇਆ, ਮੇਰੀ ਬਣਪਨਾ ਆਤਮਾ ਦੇ ਵਿੱਚ ਮਗਨ ਮੈਂ ਹੋ ਕੇ ਗਾਵਾਂ ਨਿਤ ਸਨਾ। ਮੇਰੀਆਂ ਦੁਰਬਲਤਾਆਂ ਦੇ ਵਿੱਚ ਮਦਦ ਕਰੇ ਤੇਰਾ ਰੂਹ, ਜਦੋਂ ਅਸੀਂ ਇਸ ਜਗ੍ਹਾ ਤੇ ਇੰਸਟਰੂਮੈਂਟ ਜਦੋਂ ਬੈਲੈਂਸ ਕਰ ਰਹੇ ਸੀਗੇ, ਔਰ ਮੈਂ ਔਰ ਪਾਸਟਰ ਪੀਟਰ ਦੋਨੋਂ ਔਰ ਸਾਰੇ ਵਲੰਟੀਅਰ ਔਰ ਸਾਰੇ ਮਜੀਸ਼ੀਅਨ ਇਸ ਜਗ੍ਹਾ ਤੇ ਸੀਗੇ, ਪ੍ਰਭੂ ਦਾਸ ਇਹ ਗੱਲ ਕਰ ਰਹੇ ਸੀਗੇ ਕਿ ਅਬਰਾਹਾਮ ਨੂੰ ਜਦੋਂ ਪਰਮੇਸ਼ਰ ਨੇ ਕਿਹਾ ਆਪਣੇ ਪੁੱਤਰ ਨੂੰ ਮੋਰੀਆ ਪਰਬਤ ਦੇ ਉੱਤੇ ਜਾ ਕੇ ਬਲੀਦਾਨ ਕਰ ਦੇ, ਤੇ ਉਹਨੇ ਇੱਕ ਵਾਰੀ ਵੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਪ੍ਰਭੂ ਨੇ ਮੈਨੂੰ ਇਹ ਕੰਮ ਕਰਨ ਲਈ ਕਿਹਾ। ਆਪਣੇ ਨੌਕਰਾਂ ਨੂੰ ਕਹਿ ਰਿਹਾ, ਤੁਸੀਂ ਇੱਥੇ ਰੁਕੋ, ਮੈਂ ਤੇ ਮੇਰਾ ਪੁੱਤ ਆਰਾਧਨਾ ਕਰਕੇ ਵਾਪਸ ਆਵਾਂਗੇ। ਕਿੰਨਾ ਪੋਜ਼ਿਟਿਵ ਆ ਉਹ, ਪਰਮੇਸ਼ਰ ਨੇ ਉਹਨੂੰ ਕਿਹਾ ਜੋ ਤੇਰੇ ਕੋਲ ਬੈਸਟ ਵਾ ਉਹ ਮੈਨੂੰ ਦੇ ਦੇ। ਅੱਜ ਜਿੰਨੀਆਂ ਮੇਰੀਆਂ ਭੈਣਾਂ ਮੇਰੇ ਭਰਾ ਇਸ ਜਗ੍ਹਾ ਤੇ ਬੈਠੇ ਨੇ, ਖੁਦਾ ਦੇ ਅਭਿਸ਼ੇਕ ਦਾਸ ਬੈਠੇ ਨੇ, ਅੱਜ ਦੇਖੀਏ ਸਾਡੇ ਕੋਲ ਬੈਸਟ ਕੀ ਆ, ਅੱਜ ਖੁਦਾ ਦੀ ਹਜ਼ੂਰੀ 'ਚ ਅਰਪਣ ਕਰ ਦਈਏ ਤੇ ਖੁਦਾ ਸਾਡੀ ਜ਼ਿੰਦਗੀ ਦੇ ਇਤਿਹਾਸ ਨੂੰ ਬਦਲ ਦੇਵੇ। ਆਈਏ ਮਿਲ ਕੇ ਗਾਵਾਂਗੇ, ਆਤਮਾ ਦੇ ਵਿੱਚ ਮਗਨ ਹੋ ਕੇ ਆਵ
ਪਿਆਰ।